ਈ ਆਕਾਸ਼ਵਾਣੀ ਜੰਮੂ ਹੈ ਹਾਂ ਤੁਸ ਵਿਜੇ ਪਾਜਾਜ ਕੋਲੋਂ ਖਬਰਾਂ ਸੁਨੋ ਕੇਂਦਰ ਸਰਕਾਰ ਅਗਲੇ ਹਫਤੇ ਤੋਂ ਸ਼ੁਰੂ ਹੋਵਾਂਦੇ ਸੰਸਦ ਦੇ ਬਰਸਾਂਤੀ ਵਾਲੇ اجلاس 'ਚ ਆਪਦਾ ਪ੍ਰਬੰਧਨ ਅਧਿਨਿਯਮ 'ਚ ਸੋਧਨ ਸਣੇ 6 ਨਵੇਂ ਬਿੱਲ ਸਦਨ 'ਚ ਪੇਸ਼ ਕਰੋਗ ਸਰਕਾਰਾ ਵਿੱਤ ਵਿਧੇਕ ਦੇ ਇਲਾਵਾ ਸ਼ਹਿਰੀ ਆਵਾਬਾਜ਼ੀ ਵਾਲੇ ਖੇਤਰ 'ਚ ਵਪਾਰਕੀ ਸਖੱਲਾ ਬਣਾਉਣ ਦੇ ਮਕਸਦ ਕਰਨੇ 1934 ਵਾਲੇ ਵਿਮਾਨ ਅਧਿਨਿਯਮ 'ਗੇ ਬਦਲਣੇ ਦਿੱਤਾ ਭਾਰਤੀ ਵਾਯੂ ਯਾਨ ਵਿਧੇਕ 2024 'ਗੇ ਵੀ ਸੂਚੀ ਬਦ ਦਿੱਤੀ ਹੈ ਲੋਕਸਭਾ ਸਚੀਵਾਲੇ ਪਾਸਿਆਂ ਕਲ ਸੰਯਨ ਜਾਰੀ ਸੰਸਦ ਬੁਲੇਟਿਨ ਚ ਵਿਧੇਕਨ ਦੀ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ ਸੰਸਦ ਦਾ ਬਰਸਾਂਤੀਲਾ اجلاس 22 ਜੁਲਾਈ ਤੋਂ ਸ਼ੁਰੂ ਹੋਗ ਤੇ 12 ਅਗਸਤ ਤੱਕ ਚੱਲੂਗ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ 3 ਜੁਲਾਈ ਕੀ ਸੰਸਦ ਚ ਕੇਂਦਰੀ ਬਜਟ ਪੇਸ਼ ਕਰਨਗਣ اجلاس ਦੇ ਦੌਰਾਨ ਸੂਚੀਬੱਧ ਹੋਰ ਨਵੇਂ ਵਿਧੇਕਨ ਚ ਬਾਇਲਰ ਬਿੱਲ ਵੀ ਸ਼ਾਮਲ ਹੈ ਲੋਕਸਭਾ ਸਪੀਕਰ ਓਮ ਬਿਰਲਾ ਰੇ ਸਦਨ ਦੇ ਕੰਮਕਾਜ ਮੁਤਲਕ ਸਲਾਹਕਾਰ ਕਮੇਟੀ ਖੜੀ ਹੈ ਜਿਹੜੀ ਸੰਸਦ ਦੀ ਏਜੰਡਾ ਤਿਆਰ ਕਰੋਗ ਜੰਦੀ 18 ਜੁਲਾਈ ਥਮਾ ਵਜੂਦ ਚ ਆਈ ਦੀ ਇਸ ਕਮੇਟੀ ਦੀ ਪ੍ਰਧਾਨਤਾ ਓਮ ਬਿਰਲਾ ਹੋਰ ਆਪੂ ਗਰੰਗਨ ਇਸ ਕਮੇਟੀ ਚ TMC ਦੇ ਸੁਦੀਪ ਬੰਦੂਪਾਧਿਆਏ BJP ਦੇ PP ਚੌਧਰੀ TDP ਦੇ ਲਾਵੂ ਸ਼੍ਰੀਕ੍ਰਿਸ਼ਨ ਦੇਵਾਰਿਆਲੂ BJP ਦੇ ਨਿਸ਼िकांत ਦੂਬੇ ਕਾਂਗਰਸ ਦੇ ਗੌਰਵ ਗੋਗੋਈ BJP ਦੇ ਸੰਜੇ ਜੈਸਵਾਲ JDU ਦੇ ਦਿਲੇਸ਼ਵਰ ਕਮੈਤ BJP ਦੇ ਭ੍ਰਿਤਹਰੀ ਮਹਤਾਬ DMK ਦੇ ਦਿਆਨਿਧੀ ਮਾਰਨ BJP ਦੇ ਬੇਜਯੰਤ ਪੰਡਾ ਸ਼ਿਵ ਸੈਨਾ ਉਧਵ ਬਾਲ ਠਾਕਰੇ ਦੇ ਅਰਵਿੰਦ ਸਾਵੰਤ ਕਾਂਗਰਸ ਦੇ ਕੋਡੀ ਕੁਨਿਲ ਸੁਰੇਸ਼ ਬੀਜੇਪੀ ਦੇ ਅਨੁਰਾਗ ਠਾਕੁਰ ਤੇ ਸਮਾਜਵਾਦੀ ਪਾਰਟੀ ਦੇ ਲਾਲਜੀ ਵਰਮਾ ਸਦੱਸਿਆਂ ਦੇ ਤੌਰ ਉੱਪਰ ਸ਼ਾਮਲ ਨਾ ਪਿੰਚਨ ਤੇ ਪਿੰਚਨਰਾਂ ਦੇ ਕਲਿਆਣ ਸਰਬੰਧੀ ਮਹਿਕਮੇ ਪਾਸਿਆ ਅੱਜ ਜੰਮੂ ਦੇ ਕਨਵੈਨਸ਼ਨ ਸੈਂਟਰ 'ਚ ਰਿਟਾਇਰਮੈਂਟ ਸ਼ਾ ਪਹਿਲੇ ਵਾਲੇ ਸਲਾਹ ਮਸ਼ਵਰੇ ਵਾਲੀ ਚਰੁੰਜਮੀ ਕਾਰਜਸ਼ਾਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਉਦਘਾਟਨ ਪ੍ਰਧਾਨ ਮੰਤਰੀ ਦੇ ਦਫ਼ਤਰ ਤੇ ਸਰਬੰਧਤ ਮਹਿਕਮੇ ਦੇ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰ ਕਰਨਗਨ ਇਸ ਕਾਰਿਸ਼ਾਲਾ ਦਰਾਂ ਸੇਵਾ ਨਿਵਰਤੋਂ ਜਾੜ ਦੇ ਮੁਲਾਜ਼ਮਾਂ ਦੀ ਬਕ ਬਕ ਫਾਇਦੇ ਤੇ ਪੈਨਸ਼ਨ ਦੀ ਮਨਜ਼ੂਰੀ ਵਾਲੀ ਪ੍ਰਕਿਰਿਆ ਬਾਰੇ ਜਾਣਕਾਰੀਆਂ ਉਪਲਬਧ ਕਰਵਾਈਆਂ ਜਾਂਗਣ ਮਹਿਕਮੇ ਪਾਸਿਆ ਕੇਂਦਰ ਸਰਕਾਰ ਦੇ ਰਿਟਾਇਰੋਂ ਜਾੜ ਦੇ ਮੁਲਾਜ਼ਮੇ ਲਈ ਸੁਸ਼ਾਸਨ ਦੇ ਕਿਸੇ ਦੇ ਤੌਰ 'ਤੇ ਪਰ ਮੁਲਕ ਪਰਚ ਨਈ ਕਾਰਿਸ਼ਾਲਾ ਦਾ ਸਿਰਸਤਾ ਕੀਤਾ ਜਾਂਦਾ ਹੈ ਐਸੇ ਦੋ ਸੁਪਨਿਆ ਮੁਲਾਜ਼ਮ ਅੱਜ ਇਹ ਇਸ ਕਾਰਿਸ਼ਾਲਾ ਚ ਸਲੰਗਨ ਇਸ ਦਰਾਂ ਭਵਿੱਖ ਪੋਰਟਲ ਪਿੰਚ ਨਰੇਂਦੇ ਸੰਗਠਿਤ ਪੋਰਟਲ ਰਿਟਾਇਰਮੈਂਟ ਦੇ ਫਾਇਦੇ ਪਰਵਾਰਿਕ ਪੈਨਸ਼ਨ ਸੀਜੀਐਚਐਸ ਆਨਨ ਟੈਕਸ ਨਿਯਮੇ ਅਨੁਭਵ ਡਿਜੀਟਲ ਜੀਵਨ ਪ੍ਰਮਾਣ ਪੱਤਰ ਤੇ ਹੋਰ ਨੇ ਮੌਕੇ ਬਾਰੇ ਸੈਟਰ ਲੁਆਏ ਜਾਣਗਣ ਇੰਦਾ ਮਕਸਦ ਰਿਟਾਇਰ ਹੋਣ ਜਾ ਰਹੇ ਮੁਲਾਜ਼ਮੇ ਕੀ ਜਾਣਕਾਰ ਬਣਾਣਾ ਹੈ ਜੰਮੂ ਦੇ ਪਗਵਤੀ ਨਗਰਾਲੇ ਆਧਾਰ ਸ਼ਿਵਿਰਥਾ ਮਾ 4821 ਅਮਰਨਾ ਚਰਦਾਲੂ ਮੈਂਦਾ ਇੱਕ ਹੋਰ ਜਥਾ ਅੱਜ ਬੱਡਲੈ ਸ਼੍ਰੀ ਅਮਰਨਾ ਚੀ ਦੀ ਯਾਤਰਾ ਲਈ ਕਾਟੀ ਗਿੱਤੇ ਰਵਾਨਾ ਹੋਆ ਇਸ ਸਾਰੇ ਸ਼ਰਧਾਲੂ ਸੀ ਆਰ ਪੀ ਐਫ ਦੀ ਸਖਤ ਨਿਗਰਾਨੀ ਹੇਠ 150 ਗੱਡੀਆਂ ਦੇ ਕਾਫਲੇ 'ਚ ਸਵਾਰ ਹੋਏ ਇਹ ਅਗੜੀ ਯਾਤਰਾ ਲਈ ਰਵਾਨਾ ਹੋਏ ਹਨ ਇਸ ਜੱਥੇ 'ਚ 3268 ਮਰਦ 1482 ਮਹਿਲਾ 8 ਬੱਚੇ 63 ਸਾਧੂ ਤੇ 9 ਸਾਧਵੀਆਂ ਵੀ ਸ਼ਾਮਲ ਹਨ કુલ 4821 ਸ਼ਰਧਾਲੂਆਂ 'ਚ 1731 ਸ਼ਰਧਾਲੂਏ ਬੱਦਲੇ ਸਵਾ 3 ਵਜੇ ਬਲਟਨ ਲਈ ਤੇ 3090 ਸ਼ਰਧਾਲੂ ਯਾਤਰਾ ਦੇ ਰਵਾਇਤੀ ਰਸਤੇ ਪਹਲਗਾਮ ਲਈ ਰਵਾਨਾ ਹੋਏ ਜਿੱਥੋਂ ਉਹ ਆਪਣੀ ਅਗੜੀ ਯਾਤਰਾ ਕੱਲ ਸ਼ੁਰੂ ਕਰਨਗੇ साढ़े 3.5 लाख शमते श्रदा लूएं इस बार अजंता कर श्री अमरनाथ जी की पवित्र गुफा च शिवें दे हिमलिंगम रूप ते दर्शन करिलाते दिन पिछले बरे 4.5 लाख शमते श्रदा लूएं बाबा बर्फानी दे दरबारा च मथा टेकया हा इस बार ए यात्रा 29 जून की शुरू होई ही ते 19 अगस्त की रखड़ पुन्या वाले दिन संपन्न होई जाग ਸਰਵੋੱਚ ਅਦਾਲਤ ਐਕਲ ਰਾਸ਼ਟਰੀ ਪ੍ਰੀਖਿਆ ਏਜੰਸੀ ਐਨਟੀਏ ਕੀ ਨਿਰਦੇਸ਼ ਦਿੱਤਾ ਹੈ ਜਿਉ ਨੀਟ ਅੰਡਰਗ੍ਰੈਜੂਏਟ 2024 ਦੇ ਸਭਨੇ ਵਿਦਿਆਰਥੀਆਂ ਦੇ ਨਤੀਜੇ ਆਉਂਦੇ ਸ਼ਨੀਵਾਰ ਦੁਪਹਿਰ 12 ਵਜੇ ਤੱਕ ਆਪਣੀ ਵੈੱਬਸਾਈਟ ਉੱਪਰ ਪ੍ਰਕਾਸ਼ਿਤ ਕਰਾਏ ਭਾਰਤ ਦੇ ਪ੍ਰਧਾਨ ਨਿਆਧਿਸ਼ ਜਸਟਿਸ ਡੀਵਾਈ ਚੰਦਰ ਚੂੜ ਤੇ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰੋਂ ਦੀ ਖੰਡ ਪੀਠ ਹੈ ਮੇਦਵਾਰਿਆਂ ਦੇ ਨਾਮ ਸਾਰਵਜਨਿਕ ਨਹੀਂ ਕਰਦੀ ਹੋਈ ਸ਼ਹਿਰ ਤੇ ਕੇਂਦਰ ਸਾਬੈ ਨਤੀਜੇ ਪ੍ਰਕਾਸ਼ਿਤ ਕਰਨ ਦਾ ਹੁਕਮ ਦਿੱਤਾ ਹੈ ਸਰਵੋੱਚ ਅਦਾਲਤਾਂ ਦੀ ਪੀਠ ਮੈਡੀਕਲ ਦਾਖਲਮਤੀਆਂ ਕਰਨੇ ਜੁੜੀ ਦੀ ਤਕਰੀਬਨ 40 ਯਾਚਿਕਾਆਂ ਦੀ ਸੁਣਵਾਈ ਕਰਾਂਦੀ ਸੀ ਅਗਲੀ ਸੁਣਵਾਈ ਸੰਗਾਰਯੋਗ ਇਹਦੇ ਸਭ ਪਹਿਲੇ ਇਸ ਮਾਮਲੇ 'ਚ ਪੀਠ ਨੇ ਆਖਿਆ ਹਾ ਜਿਹਦੇ 'ਚ ਕੋਈ ਸ਼ੱਕ ਸ਼ੋਭਾ ਨਹੀਂ ਹੈ ਜਿ ਮਤੀਆਂ ਦੀ ਪਵਿੱਤਰਤਾ ਕਰਨੇ ਸਮਝੋਤਾ ਕੀਤਾ ਗਿਆ ਉ੍ਹਾਂ ਅਦਾਲਤ ਐ ਆਖਿਆ ਜਿ ਮਤੀਆਂ ਦੀ ਪੂਰੀ ਚਾਲੀ ਰੱਦ ਕਰਨੇ ਦਾ ਫੈਸਲਾ ਆਖਰੀ ਵਿਕਲਪੋਗ ਕਿ ਜੇ ਇਹਦਾ ਅਸਰ 3 ਲੱਖ ਤੋਂ ਮਤੇ ਵਿਦਿਆਰਥੀਆਂ ਪਰਪੌਗ CBI ਨੇ ਰਾਂਚੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਟਸ ਦੇ ਇੱਕ ਵਿਦਿਆਰਥੀ ਕੀ NEET ਪਰਚਾ ਲੀਕ ਮਾਮਲੇ ਚ ਗ੍ਰਿਫਤਾਰ ਕੀਤਾ ਹੈ ਤਫਤੀਸ਼ ਦੇ ਬਾਅਦ 2023 ਬੈਚ ਦੀ MBBS ਵਿਦਿਆਰਥੀ ਸਰਬੀ ਕੁਮਾਰੀ ਗੀ ਗ੍ਰਿਫਤਾਰ ਕੀਤਾ ਗਿਆ ਹੈ CBI ਨੇ ਉਹਦਾ ਮੋਬਾਈਲ ਲੈਪਟਾਪ ਤੇ ਹੋਰ ਦੂਏ ਇਲੈਕਟ੍ਰੋਨਿਕ ਉਪਕਰਨ ਜ਼ਬਤ ਕਰੇ ਲਏ ਤਿੰਨ Jharkhand ਦੇ ਰਾਮਗੜ੍ਹ ਜ਼ਿਲ੍ਹੇ ਦੀ ਬਸਨੀ ਇੱਕ ਸਰਬੀ ਨੇ ਪਰਚਾ ਲੀਕ ਦੇ ਦੋਸ਼ੀ ਆਸਤੇ NEET ਮਤਿਆਨ ਦਾ ਪਰਚਾ ਅਲਕੀਤਾ ਖ ਜਰਨਲਿਸਟ ਕਿੜਕੇ ਸਰਬੰਧੀ ਭਾਰਤੀ ਪ੍ਰਾਧਿਕਰਨ ਐਨਐਚਆਈ ਪਾਸਿਆ ਗੱਡੀਆਂ ਚ ਅੱਗੇ ਵਾਲੇ ਸ਼ੀਸ਼ੇ ਪਰ ਫਾਸਟੈਗ ਨਹੀਂ ਲਾਣੇ ਵਾਲੇ ਥਮਾ 2 ਗੁਣਾ ਟੋਲ ਵਸੂਲ ਕੀਤਾ ਜਾਗ ਪ੍ਰਾਧਿਕਰਨ ਨੇ ਆਖਿਆ ਜਿ ਜਾਨੀ ਪੁੱਜੀ ਹੈ ਵਿੰਡਸਕ੍ਰੀਨ ਪਰ ਫਾਸਟੈਗ ਨਹੀਂ ਲਾਣੇ ਕਰੀ ਟੋਲ ਪਲਾਜ਼ੇ ਪਰ ਬੇਮਤਲਬ ਚਿਰ ਲੱਗਦਾ ਜਿਸ ਕਰੀ ਮਤੇ ਲੋਕਾਂ ਕੀ ਅਸੁਵਿਧਾਉਂ ਦੀ ਹੈ ਪ੍ਰਾਧਿਕਰਨ ਨੇ ਇਸ ਸਰਬੰਧ ਚ ਸਾਰੀ ਸਰਬੰਧਤ ਏਜੰਸੀਆਂ ਕੀ ਵਿਆਪਕ ਮਾਨਕ ਸੰਚਾਲਨ ਪ੍ਰਕਿਰਿਆ ਜਾਰੀ ਕਰੀ ਹੈ ਐਸੀ ਗੱਡੀਆਂ ਥਮਾ 2 ਗੁਣਾ ਸ਼ੁਲਕ ਵਸੂਲਣ ਲਈ ਆਖਿਆ ਹੈ ਮੁਲਕ ਪਰ ਹਚ ਫੈਲੀ ਦੀ ਤਕਰੀਬਨ 45000 ਕਿਲੋਮੀਟਰ ਲੰਮੀ ਜਰਨਲੀ ਛੜਕੈਂ ਤੇ ਐਕਸਪ੍ਰੈਸ ਵੇ ਆਸਤੇ ਤਕਰੀਬਨ 1000 ਟੋਲ ਪਲਾਸਮ ਪਰ ਸ਼ੁਲਕ ਵਸੂਲ ਕੀਤਾ ਜਾਂਦਾ ਹੈ ਇਤੇ ਕੰਨੇ ਗੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁਆ